ਡੱਲੇਵਾਲ ਸਾਹਿਬ ਜੀ ਸਿੰਘ ਡੱਲੇਵਾਲ ਸਾਡੇ ਨਾਲ ਕੀ ਕਹਿਣਾ ਚਾਹੋਗੇ ਸੀਐਮ ਸਾਹਿਬ ਦਾ ਬਿਆਨ ਆਇਆ ਜੀ ਉਹ ਕਹਿੰਦੇ ਵੀ ਸਾਨੂੰ ਜਦੋਂ ਮਰਜ਼ੀ ਆ ਕੇ ਮਿਲਦੇ ਨੇ ਕਿਸਾਨ ਬੂਹੇ ਖੁੱਲੇ ਨੇ ਦੇਖੋ ਗੱਲ ਇਹ ਹੈ ਬਹੁਤ ਚੰਗੀ ਗੱਲ ਹੈ ਇਹੀ ਇਹੀ ਭਾਸ਼ਾ ਸਾਨੂੰ ਬਹੁਤ ਚਿਰ ਬੋਲਦੇ ਰਹੇ ਸੈਂਟਰ ਗਵਰਨਮੈਂਟ ਕਿ ਕਿਸਾਨਾਂ ਲਈ ਬੂਹੇ ਖੁੱਲੇ ਨੇ ਮੀਟਿੰਗ ਦਿੱਤੀ ਹੈ ਜਥੇਬੰਦੀਆਂ ਨੂੰ ਮੀਟਿੰਗ ਦਿੰਦੀ ਹੁੰਦੀ ਹੈ ਸਰਕਾਰ ਸਰਕਾਰ ਮੀਟਿੰਗ ਸਿਲੈਕਟ ਕਰੇ ਸਾਡੇ ਨਾਲ ਮੀਟਿੰਗ ਤੈਅ ਕਰੇ ਮੀਟਿੰਗ ਦੇ ਵਿੱਚ ਬੈਠੀਏ ਬੈਠ ਕੇ ਮਸਲਿਆਂ ਦਾ ਹੱਲ ਹੁੰਦਾ ਇਹ ਅਣਜਾਣਾ ਵਾਲੀ ਗੱਲ ਨਹੀਂ ਕਰੀਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਨੂੰ ਮੀਟਿੰਗ ਦਾ ਸਮਾਂ ਦੇ ਕੇ ਨਹੀਂ ਮੀਟਿੰਗ ਕਰ ਸਕੇ ਵੱਖਰੀ ਗੱਲ ਹੈ ਹੁਣ ਦੁਬਾਰਾ ਮੀਟਿੰਗ ਤੈਅ ਕਰਨ ਸਾਨੂੰ ਕਹਿਣ ਵੀ ਆਓ ਮੀਟਿੰਗ ਦੇ ਵਿੱਚ ਅਸੀਂ ਜਾਵਾਂਗੇ ਨੋ ਪ੍ਰੋਬਲਮ ਕੋਈ ਸੱਦਾ ਆਇਆ ਜੀ ਹੁਣ ਤੱਕ ਨਹੀਂ ਹਜੇ ਤੱਕ ਕੋਈ ਸੱਦਾ ਨਹੀਂ ਕਿਹਾ ਜਾ ਰਿਹਾ ਕਿ 11 ਵਜੇ ਦੇ ਆਸ-ਪਾਸ ਕੱਲ ਮੀਟਿੰਗ ਹੋ ਸਕਦੀ ਹੈ ਇਸ ਬਾਬਤ ਕੋਈ ਬੁਲਾਵਾ ਆਇਆ ਹੋਵੇ ਕੁਝ ਆਇਆ ਹੋਵੇ ਨਹੀਂ ਹਜੇ ਤੱਕ ਮੇਰੇ ਕੋਲੇ ਕੋਈ ਬੁਲਾਵਾ ਨਹੀਂ ਆਇਆ ਤੇ ਜੇ ਕੋਈ ਆਏਗਾ ਤਾਂ ਮਤਲਬ ਕਲੀਅਰ ਕਰ ਦਿਆਂਗੇ ਸਰ ਕਦੋਂ ਤੱਕ ਇੱਥੇ ਬਹਿਣਾ ਹੈ ਜੇਕਰ ਬੁਲਾਵਾ ਕੱਲ ਨਹੀਂ ਆਉਂਦਾ ਤੇ ਫਿਰ ਕਿਹਾ ਅੱਗੇ ਦੀ ਤਰਫ ਕੁਝ ਕੱਲ ਹੀ ਕੀਤਾ ਜਾਊਗਾ ਦੇਖੋ ਅਗਰ ਬੁਲਾਵਾ ਨਹੀਂ ਆਉਂਦਾ ਤੇ ਫਿਰ ਤਾਂ ਸਾਰਾ ਕੁਝ ਕਰਨਾ ਪਏਗਾ ਅਗਰ ਬੁਲਾਵਾ ਨਹੀਂ ਆਉਂਦਾ ਮਾਨ ਸਾਹਿਬ ਕਹਿੰਦੇ ਨੇ ਮੁਰਦਾਬਾਦ ਹੱਲ ਨਹੀਂ ਹੈਗਾ ਵੀ ਇਦਾਂ ਮੁਰਦਾਬਾਦ ਮਾਨ ਸਾਹਿਬ ਨੇ ਇਹ ਕਹਿ ਕੇ ਨਾ ਜਿਹੜੀ ਮਾਨ ਸਾਹਿਬ ਦੀ ਕ੍ਰੈਡੀਬਿਲਟੀ ਸੀ ਆਹ ਸ਼ਬਦ ਕਹਿ ਕੇ ਉਹਨੂੰ ਘਟਾ ਲਿਆ ਮਾਨ ਸਾਹਿਬ ਦੇ ਉੱਤੇ ਲੋਕ ਇੰਨਾ ਮਾਣ ਕਰਦੇ ਹੈ ਕਿ ਸਾਡਾ ਮਾਣ ਅਤੇ ਇਹਨਾਂ ਇਹ ਗੱਲ ਦੇ ਵਿੱਚੋਂ ਮਾਨ ਸਾਹਿਬ ਜੀ ਦੇ ਪਤਾ ਕੀ ਨਜ਼ਰ ਆ ਰਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਦੇ ਇਸ ਗੱਲ ਦੇ ਵਿੱਚੋਂ ਮੁੱਖ ਮੰਤਰੀ ਦੀ ਈਗੋ ਉਹ ਕਹਿੰਦੇ ਮੈਂ ਵੀ ਕਿਸਾਨ ਦਾ ਪੁੱਤ ਹਾਂ ਪ੍ਰਕਿਰਤੀ ਨੂੰ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਕਿਸਾਨਾਂ ਦੇ ਕੋਲ ਟਰੈਕਟਰ ਟਰਾਲੀਆਂ ਤਿਆਰ ਨੇ ਇਸ ਦਾ ਮਤਲਬ ਇਹ ਨਹੀਂ ਕਿ ਮੁਰਦਾਬਾਦ ਕਰਨਾ ਯਾਰ ਗੱਲ ਇਹ ਆ ਵੀ ਕਿਸਾਨਾਂ ਦਾ ਪੁੱਤ ਹੈ ਠੀਕ ਆ ਗੱਲ ਪਰ ਮੈਂ ਇੱਕ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਸ ਕੁਰਸੀ 'ਤੇ ਬੈਠ ਕੇ ਕਿਸਾਨਾਂ ਨੂੰ ਭੁੱਲ ਕਿਵੇਂ ਗਏ ਸਾਡੇ ਨਾਲ ਸਭ ਤੋਂ ਪਹਿਲਾਂ ਤਾਂ ਪਿਛਲੀ 17 ਤਰੀਕ ਨੂੰ ਮੀਟਿੰਗ ਵਾਸਤੇ ਅਸੀਂ ਗਏ ਹਾਂ ਸੱਦਿਆ ਸਾਨੂੰ ਅਸੀਂ ਗਏ ਹਾਂ ਆਪਦਾ ਮੰਗ ਪੱਤਰ ਲੈ ਕੇ ਗਏ ਹਾਂ ਅਗਰ ਭਗਵੰਤ ਮਾਨ ਜੀ ਉਸ ਵੇਲੇ ਇਹ ਜ਼ਿੰਮੇਵਾਰੀ ਨਿਭਾ ਦਿੰਦੇ ਕਿ ਯਾਰ 2 ਘੰਟੇ ਲੱਗਣ 3 ਘੰਟੇ ਲੱਗਣ ਹੋਰ ਲੰਮੀ ਕਰ ਲਓ ਮੀਟਿੰਗ ਮੈਂ ਤੁਹਾਡੇ ਇਸ਼ੂ ਸਾਰੇ ਆਪਾਂ ਡਿਸਕਸ ਕਰ ਲੈਂਦੇ ਹਾਂ ਆਹ ਨੌਬਤ ਹੀ ਨਹੀਂ ਆਉਣੀ ਸੀ ਇਹ ਨੌਬਤ ਹੀ ਨਹੀਂ ਆਉਣੀ ਸੀ ਔਰ ਉਸ ਦਿਨ ਮੀਟਿੰਗ ਦੇ ਵਿੱਚੋਂ ਵੀ ਕਿਹਾ ਵੀ ਨਹੀਂ ਜੀ ਅੱਜ ਮੀਟਿੰਗ ਨਹੀਂ ਆਪਾਂ ਕਰਦੇ ਫਿਰ ਕਰਾਂਗੇ ਫਿਰ ਸਾਨੂੰ ਟਾਈਮ ਦਿੱਤਾ ਹੁਣ ਤੀਕਰ ਨਹੀਂ ਗੱਲ ਆਈ ਕਿ ਰਾਤ ਦਾ ਟਾਈਮ ਦਿੱਤਾ ਸਾਨੂੰ ਕੱਲ੍ਹ ਦਾ ਕੱਲ੍ਹ ਇਸ ਵੇਲੇ ਟਾਈਮ ਤੈਅ ਹੁੰਦਾ ਮੇਰੇ ਨਾਲ ਕਿ ਜੀ ਕੱਲ੍ਹ ਨੂੰ ਤੁਹਾਡੀ 11 ਵਜੇ ਮੀਟਿੰਗ ਹੈ ਜੇ 11 ਵਜੇ ਮੀਟਿੰਗ ਹੈ ਤਾਂ ਫਿਰ ਤਾਂ ਮਤਲਬ 11 ਵਜੇ ਮੀਟਿੰਗ ਦੇ ਵਿੱਚ ਮਸਲਾ ਹੱਲ ਹੋ ਜਾਣਾ ਸੀ ਜੀ ਮਾਨ ਸਾਹਿਬ ਕਹਿੰਦੇ ਨੇ ਕਿਸਾਨ ਵੀ ਸਾਡਾ ਸਾਥ ਦੇਣ ਅਸੀਂ ਕਿਸਾਨਾਂ ਲਈ ਇੰਨਾ ਕੁਝ ਸੋਚ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਾਲ ਤਾਂ ਸਾਨੂੰ ਦੇਣ ਵੀ ਅਸੀਂ ਕਿਸਾਨਾਂ ਲਈ ਕਰਾਂਗੇ ਪਾਣੀ ਬਚਾਵਾਂਗੇ ਜੇ ਕਿਸਾਨਾਂ ਨੇ ਸਾਥ ਨਾ ਦਿੱਤਾ ਹੁੰਦਾ ਤਾਂ 92 ਸੀਟਾਂ ਨਹੀਂ ਸੀ ਆਉਂਦੀਆਂ ਇੱਦੋਂ ਵੱਡਾ ਸਾਥ ਹੋਰ ਕਿਸਾਨ ਕੀ ਦੇ ਦੇਣ ਬਹੁਤ ਵੱਡਾ ਸਾਥ ਦਿੱਤਾ ਕਿਸਾਨਾਂ ਨੇ ਹੁਣ ਕਿਸਾਨਾਂ ਨੂੰ ਉਮੀਦ ਹੈ ਮਾਨ ਸਾਹਿਬ ਤੋਂ ਹੁਣ ਮਾਨ ਸਾਹਿਬ ਦਾ ਫਰਜ਼ ਬਣਦਾ ਕਿ ਜੇ ਕਿਸਾਨਾਂ ਨੇ ਇੰਨੀ ਵੱਡੀਆਂ ਮਤਲਬ ਜਿੱਤ ਇਹਨਾਂ ਦੀ ਝੋਲੀ 'ਚ ਪਾਈ ਹੈ ਤਾਂ ਇਹ ਕਿਸਾਨਾਂ ਦੀਆਂ ਇੱਛਾਵਾਂ ਦੇ ਉੱਤੇ ਪੂਰੇ ਉਤਰਨ ਦੇਖੋ ਅਗਰ ਸੱਦਾ ਨਹੀਂ ਆਉਂਦਾ ਤਾਂ ਪ੍ਰੋਗਰਾਮ ਹੋਰ ਮਤਲਬ ਤਿੱਖਾ ਵੀ ਹੋ ਸਕਦਾ ਪ੍ਰੋਗਰਾਮ ਵੱਡਾ ਵੀ ਹੋ ਸਕਦਾ ਕਿਸਾਨਾਂ ਦੀ ਆਮਦ ਵੱਧ ਸਕਦੀ ਹੈ ਇਹ ਸਾਰਾ ਕੁਝ ਹੋ ਸਕਦਾ ਜਿਹੜੇ ਆ ਨਹੀਂ ਪਾਏ ਜੀ ਕਿਸਾਨ ਰਸਤੇ ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਰਸਤੇ ਜਿਹੜਾ ਡੱਕ ਲਿਆ ਗਿਆ ਉਹਨਾਂ ਲਈ ਹੁਣ ਕੀ ਉਹਨਾਂ ਨਾਲ ਗੱਲਬਾਤ ਹੋਈ ਹੈ ਕੱਲ ਆਉਣਗੇ ਕਦੋਂ ਹਾਂ ਜਿਹੜੇ ਕਿਸਾਨ 2 ਗੱਲਾਂ ਹੋਈਆਂ ਨੇ ਤੁਸੀਂ ਤੁਹਾਨੂੰ ਮੈਂ ਕਲੀਅਰ ਕਰ ਦੇਣਾ ਕਿ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੇ ਆਈਟੀ ਸੈੱਲ ਨੇ ਇਹਨਾਂ ਸਾਡੇ ਖਿਲਾਫ ਦੁਸ਼ਪ੍ਰਚਾਰ ਕੀਤਾ ਸਾਨੂੰ ਬਹੁਤ ਕੁਝ ਆਖਿਆ ਉਹਦੇ 'ਤੇ ਪੇਸ਼ ਨਹੀਂ ਗਈ ਲੋਕ ਤੁਰਦੇ ਦਿਸੇ ਲੋਕ ਆਉਂਦੇ ਦਿਸੇ ਫਿਰ ਇੱਕ ਪੋਸਟ ਪਾਉਂਦੇ ਆ ਕੀ ਕਿਹਾ ਉਸ ਪੋਸਟ ਦੇ ਵਿੱਚ ਕਿ ਜੀ ਮੁੱਖ ਮੰਤਰੀ ਨੇ ਮੰਗਾਂ ਮੰਨ ਲਈਆਂ ਸਾਰਾ ਮਾਮਲਾ ਹੱਲ ਹੋ ਗਿਆ ਹੁਣ ਸਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਅਤੇ ਆਪਾਂ ਸਾਰੇ ਘਰ ਆਪਦਾ ਕੰਮ ਸਾਂਭੋ ਇਹ 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 ਪੋਸਟ ਗਈ ਹੈ ਔਰ ਬੜੀ ਵਾਇਰਲ ਕੀਤੀ ਹੈ ਇਹ ਇਹ ਪੋਸਟਾਂ ਪਾਉਣ ਦੀ ਕੀ ਲੋੜ ਪੈ ਗਈ ਜੀ ਬਾਕੀ ਜਥੇਬੰਦੀਆਂ ਨਾਲ ਗੱਲ ਹੋਈ ਹੈ ਜੀ ਉਹਨਾਂ ਦੀ ਸਪੋਰਟ ਮਿਲ ਸਕਦੀ ਹੈ ਤੁਹਾਨੂੰ ਕਿਹੜੀਆਂ ਦੀ ਜੀ ਜਿਨ੍ਹਾਂ ਨੇ ਸ਼ਮੂਲੀਅਤ ਹੈ ਨਹੀਂ ਜੀ ਫਿਲਹਾਲ ਇਸ ਤੱਕ ਨਹੀਂ ਉਹ ਸ਼ਮੂਲੀਅਤ ਸਾਡੇ ਕਿਸਾਨ ਸਾਡੇ ਨਾਲ ਨੇ ਪੂਰੇ ਪੰਜਾਬ ਦੇ ਕਿਸਾਨ ਸਾਡੇ ਨਾਲ ਹੈ ਇਹ ਤਾਂ ਪੋਸਟਾਂ ਪਾਸਟਾਂ ਪੈਣ ਕਰਕੇ 2 ਗੱਲਾਂ ਹੋ ਗਈਆਂ ਇੱਕ ਤਾਂ ਪੋਸਟ ਆ ਗਈ ਇੱਕ ਅਸੀਂ ਕਹਿਤਾ ਵੀ ਸਰਕਾਰ ਨੇ ਸਾਨੂੰ ਮੀਟਿੰਗ ਦਿੱਤੀ ਐਸਐਸਐਮ ਦਾ ਸਹਿਯੋਗ ਮਿਲੇਗਾ ਯਾਰ ਇਧਰਲੇ ਪਾਸੇ ਸਵਾਲ ਆਪਾਂ ਨਾ ਕਰ ਲੈ ਕੇ ਦੇਈਏ ਮੇਰੀ ਬੇਨਤੀ ਕੀ ਹੈ ਕਿ ਅਸੀਂ ਕਹਿਤਾ ਕਿ ਸਰਕਾਰ ਨੇ ਮੀਟਿੰਗ ਦਿੱਤੀ ਅਸੀਂ ਮੀਟਿੰਗ ਕਰਦੇ ਹਾਂ ਜਦੋਂ ਅਸੀਂ ਕਹਿਤਾ ਨਾ ਮੀਟਿੰਗ ਤਾਂ ਤੂੰ ਸੁਭਾਵਿਕ ਗੱਲ ਹੈ ਕਿ ਥੋੜ੍ਹਾ ਜਿਹਾ ਆਦਮੀ
रिलैक्स हो जाते हैं, ढिले हो जाते हैं। तो जो हूँ असं कहता भी मोर्चा कढ़िया गया तो माध्यम के राही सवेर नूं टैट हो जाऊगी। विजय सिंह, बहुत शुक्रिया।